बिस्मिल्लाहिर्रहमानिर्रहीम, अस्सलाम वालेकुम। उम्मीद है सारे ठीक ठाक हो सो, खुश बाश हो सो, तो अल्लाह ताला ने इज्जो अमान ही चसो, जिथे भी हो सो अपनी जिंदगी असर अंदाज और गुजारनी हो सो। ए किया पापे सब बंद गया कहने हो ग्लास गटन या हने होने खांसी लग ली सी, फिर मैं बड़ी मुश्किल से कंट्रोल किया। ये पता नहीं मुड़ी दोबारा बाल किस तरह होया, अल्लाह खैर करसी जी। बनदा प्रो कश्मीरी ब्लॉग से मेजबान मोहम्मद इरफान, सफीर अहमद लेकिन आगाज एक बड़े लंबे सफर तू ऐसा सफर है साड़ा जिसने भी भेड़ा भरा के बेशुमार चीजा दसा जिसने दरिया भी हो सन, ਫਿਰ ਪਹਾੜ, ਜੰਗਲਾਤ, ਫਿਰ ਕੱਚੇ ਮਕਾਨ, ਖੂਬਸੂਰਤ ਕਿਸਮ ਦਾ ਵਲਾਗ ਹੋ ਸੀ ਹੈ ਇਹ ਜ਼ਰੂਰ, ਯਾਨੀ ਕਿ ਥੋੜਾ ਜਿਹਾ ਸਾਰਾ ਵਲਾਗ ਮੁਨਫਰਿਦ ਹੋ ਸੀ ਬਾਕੀ ਵਲਾਗਾਂ ਕੋਲ, ਐਡਵੈਂਚਰ ਵੀ ਹੋ ਸੀ ਸਾਰੀ ਗੱਲ, ਸਾਰਾ ਰਸਤਾ ਵੀ ਕਾਫੀ ਜ਼ਿਆਦਾ ਮੁਸ਼ਕਲ ਆ ਤਾਂ ਐਡਵੈਂਚਰ ਤਾਂ ਉਸੇ ਜਾਣੇ ਹੋ, ਅਸੀਂ ਆਖਰੀ ਮੰਜ਼ਿਲ ਵੀ ਕੋਈ ਪਤਾ ਹੈ ਯਾਨੀ ਜਿਸ ਘਰ ਜਿਸ ਜਾਣਾ ਆ ਉਹ ਵਕਤੀ ਤਾਂ ਅਸੀਂ ਕੋਈ ਪਤਾ, ਅਸੀਂ ਏਰੀਆ ਨਾ ਪਤਾ ਆ ਬੇਸਿਕਲੀ ਇੱਕ ਭਾਈ ਹੋਰਨ ਸਾਡੇ ਬਸ ਉਹ ਯੂਟਿਊਬ ਨੇ ਥਰੂ ਅਸਾਂ ਕੀ ਜਾਣਦੇ ਹਾਂ, ਕਾਫੀ ਜ਼ਿਆਦਾ ਉਹਨਾਂ ਇਸਰਾਰ ਕੀਤਾ ਆ ਉੱਥੇ ਜਾਈ ਤਾਂ ਬਾਸਾਂ ਜਿਹੜਾ ਮਿਲ ਸਾ ਉਹਨਾਂ ਨਾਲ ਹੁਣ ਜੁਲੇ ਹਾਂ ਉੱਥੇ ਅਤੇ ਨਾਲੋਂ ਨਾਲ ਜਿਹੜਾ ਸਫ਼ਰ ਨੇ ਅੰਦਰ ਮਾਮਲਾਤ ਉਸ ਨੇ ਹੋਰ ਵੀ ਸਾਨੂੰ ਇੱਕ ਭਾਈ ਹੋਰਨ ਉਹ ਰੂਸੀ ਦੇ ਖਲਤੇ ਵੀ ਆਉਣ ਸੀ ਮੈਂ ਕਿੰਨਾ ਆਉਣਿਆ ਵੀਡੀਓ ਕਿਉਂ ਆਉਣੇ ਮਿਊਸ ਲੈਣਾ ਜਿਲ੍ਹਾ ਮੈਂ ਜਿਹੜਾ ਇਹਨਾਂ ਮੈਂ ਪੁੱਛੀ ਦੇ ਸਾਂ ਪੁੱਛੀ ਦੇ ਸਾਂ ਬਿਲਕੁਲ ਕੰਮ ਕਰਨਾ ਚਾਹੁੰਦੇ ਉੱਥੇ, ਸੋ ਇਹ ਸੀਕਰੇਟ ਰੱਖਣਾ ਇਨਸ਼ਾਲਾ ਉੱਥੋਂ ਅੱਗੇ ਅੱਗੇ ਜੁੜੀ ਤਾਂ ਉਹਨਾਂ ਭਾਈ ਨਾਲ ਮੁਲਾਸਾ ਆ ਮਾਸ਼ਾਅੱਲਾ ਸਫ਼ਰ ਜਾਰੀ ਹੋ ਸਾਰੀ ਅਲਹਮਦੁਲਿਲਾ ਬੜਾ ਜ਼ਬਰਦਸਤ ਸਫ਼ਰ ਗੁਜ਼ਰੀ ਰਿਹਾ, ਕਾਫੀ ਇੰਜੋਇਮੈਂਟ ਹੋ ਰਹੀ ਹੈ, ਗੱਪਸ਼ਪ ਹੋ ਰਹੀ ਹੈ ਦਾ ਅਸਾਂ ਜਿਸ ਦਾ ਜ਼ਿਕਰ ਕੀਤਾ ਸਾ ਸ਼ੁਰੂ ਵਿੱਚ ਕਿ ਮਾਸ਼ਾਅੱਲਾ ਰਸਤੇ ਵੀ ਜੁਲਿਆ ਉੱਥੋਂ ਅੱਗੇ ਕਾਫੀ ਜ਼ਿਆਦਾ ਖੂਬਸੂਰਤੀ ਨਜ਼ਰ ਏ ਸੀ ਉੱਥੋਂ ਅੱਗੇ ਦੱਸਾਂ ਭੈਣਾ ਭਰਾ ਕੀ ਤਾਂ ਬਿਲਕੁਲ ਸਾਰੇ ਸਮੇਂ ਤੱਕ ਹੀ ਸਕਦੇ ਹੋ ਦਰਿਆ ਜੇਲ ਆਪਣਾ ਖੂਬਸੂਰਤ ਜਿਹਾ ਨਜ਼ਾਰਾ, ਕਿੰਨਾ ਖੂਬਸੂਰਤ ਮੰਜ਼ਰ ਪੇਸ਼ ਕਰੀ ਖੱਡ ਜਿਹੜੀਆਂ ਹਨ ਦਿਸ ਇਜ਼ ਬਾਣੀ ਖੱਡ ਲੋਕ ਦਾ ਨਾਮ ਦਰਿਆ ਆ ਹੈ ਇਹ ਦਰਿਆ ਆ ਦਰਿਆ ਜੇਲਮ ਹੈ ਨਾ ਜੀ ਹਾਂ ਇਹ ਦਰਿਆ ਜੇਲਮ ਹੈ ਖੱਡ ਨਹਾਤਾ ਉਧਰ ਪਹਿਲਾਂ ਸ਼ੁਰੂ ਹੋਣਾ ਆ ਜਿੱਥੇ ਉਹ ਸਾਹਮਣੇ ਪਾਰ ਮਕਾਨ ਨਹੀਂ ਨਜ਼ਰ ਇਸਨੇ ਪੈਣ ਜਿਸ ਕੇ ਆਣੇ ਬੇਲਾ ਬਹਾਦਰ ਸ਼ਾਹ ਇਹ ਦਰਿਆ ਆ ਸਾਰਾ ਇਹ ਦਰਿਆ ਜੇਲਮ ਜਾ ਰਿਹਾ ਇਹ ਸਾਹਮਣੇ ਪਾਰ ਬਣਾ ਲੈ ਠੀਕ ਹੈ ਉਹ ਪਾਰ ਫਿਰ ਕਸ਼ਮੀਰ ਸਾਰਾ ਤਾਂ ਉਹ ਉੱਪਰ ਪਹਿਲੀਆਂ ਸ਼ਰੀਫ ਨੇ ਸਾਹਮਣੇ ਸ਼ਰੀਫ ਤਾਂ ਕੋਈ ਨਹੀਂ ਪਹਿਲੀਆਂ ਹੋ ਸਕਣੀ ਹੈ ਠੀਕ ਹੈ ਜਿਹੜਾ ਬਣਾ ਲਾ ਇਹ ਕਸ਼ਮੀਰ ਵਿੱਚ ਨਾ ਪਾਕਿਸਤਾਨ ਇਸ ਤਰ੍ਹਾਂ ਸਫ਼ਰ ਜਾ ਰਹੀ ਹੋ ਸਾਰੀ ਹੈ ਇਨਸ਼ਾਅੱਲਾ ਤਾਂ ਇਸ ਤਰ੍ਹਾਂ ਅੱਗੇ ਖੂਬਸੂਰਤ ਖੂਬਸੂਰਤ ਵਿਊਜ਼ ਇਸ ਨੂੰ ਸੋਗੀ ਪੈਣਾ ਪੜਾ ਕੇ ਜ਼ਰੂਰ ਹੋਦਾ ਮੈਂ ਜਲਾ ਕੇ ਆਇਆ ਹੂੰ ਕਸ਼ਤੀਆਂ ਤੇ ਵਾਪਸੀ ਚਲਾਣਾ ਤੇ ਮੈਂ ਜਲਾ ਕੇ ਆਇਆ ਹੂੰ ਕਸ਼ਤੀਆਂ ਮੁਝੇ ਵਾਪਸੀ ਚਲਾਣਾ ਤੇ ਮੇਰੀ ਜਾਨ ਵਤਨ ਪਰੇਸ਼ਾਨ ਹੋ ਸੀ ਕਿ ਬੜਾ ਲੇਟ ਸਾਂ ਕਿ ਮੈਂ ਭਾਈ ਰਾਣਾ ਨੇ ਇੰਟਰੋਡਿਊਸ ਕਰਵਾ ਸਕਦਾ ਲੇਕਿਨ ਪਹਿਲੇ ਕਰਾਉਣਾ ਪੀ ਗਿਆ ਉਹਨੀ ਵਧੀਆ ਕਿ ਸਾਡੇ ਮੋਟਰਸਾਈਕਲਾਂ ਦਾ ਟਾਇਰ ਪੈਂਚਰ ਹੋ ਗਿਆ ਪੰਪ ਗਿਆ ਨਹੀਂ ਆਉਂਦਾ ਨਾਲ ਸਾਂ ਮੈਂ ਇਹ ਸੋਚਦਾ ਗਫੂਰ ਸਾਹਿਬ ਕੀ ਗਲਤੀ ਕੀਤੀ ਇਹਦਾ ਚੌਥੇ ਭਾਈ ਗਫੂਰ ਸਾਹਿਬ ਜੀ ਅਸਲਾਮ ਵਾਲੇਕਮ ਵਾਲੇਕਮ ਸਲਾਮ ਪਤਾ ਕਿਆ ਮਸਲਾ ਆ ਰਾਤੀ ਮੈਂ ਦੱਸਿਆ ਸੀ ਕਿ ਮੋਟਰਸਾਈਕਲ ਜੋ ਸੁਣ ਭਾਈ ਰਫਾਨ ਜੋ ਸੁਣ ਹਲਾ ਮੈਂ ਸਵੇਰ ਫਿਰ ਮੈਂ ਤਾਂ ਜ਼ਰਾ ਕੋਈ ਕੰਮ ਕਰਾਉਣ ਸਾਂ ਇਸ ਨਾਲ ਮੈਂ ਯਾਨੀ ਤੁਸੀਂ ਆਇਓ ਕਿ ਮਾੜੇ ਮੋਟਰਸਾਈਕਲ ਨੀਤ ਨਹੀਂ ਸੀ ਜਾਣੇ ਨੇ ਮਤਲਬ ਆ ਕਿ ਪਤਾ ਹੋਣਾ ਮਾ ਖੜਸੋ ਐਡਵਾਂਸ ਟਾਇਰ ਬਾਰੇ ਆਵਾਜ਼ ਲੇਕਿਨ ਮੈਨੂੰ ਪਤਾ ਨਹੀਂ ਸੀ ਕਿ ਕਿਆ ਕਰਾਂ ਇਹ ਆ ਕਿ ਲੇਕਿਨ ਸੰਗਤ ਦੋਸਤੀ ਰਿਸ਼ਤੇਦਾਰੀ ਕੁਦਰੇ ਕੁਦਰੇ ਕੰਮ ਆਈਏ ਜਾਣੀ ਆ ਇਹ ਆ ਕਿ ਕਰੀਬ ਇਸ ਤਰ੍ਹਾਂ ਸਾਹਮਣੇ ਰਿਸ਼ਤੇਦਾਰ ਸਨ ਉਹ ਉੱਥੇ ਗਏ ਸਨ ਪੰਪ ਬਣਨੇ ਦੇ ਉਹਨਾਂ ਇਹੋ ਜਿਹੇ ਕਿ ਅੱਛੋ ਇੱਥੇ ਪੈਂਚਰ ਹੋਇਆ ਪੈਂਚਰ ਲਾ ਸਾਂ ਨਾਲ ਚਾਹ ਪੀ ਕੇ ਚਲੋ ਇਹ ਵੀ ਉਹਨਾਂ ਦੀ ਮਿਹਰਬਾਨੀ ਆ ਥੋੜ੍ਹਾ ਰੈਸਟ ਵੀ ਹੋਈ ਜਸੀ ਦਾ ਕੋਈ ਖਾਣ ਪੀਣ ਵੀ ਹੋਈ ਜਸੀ ਆ
ਮੈਂ ਜਲਾ ਕੇ ਆਇਆ ਕਸ਼ਤੀਆਂ ਲਾ ਕੇ ਆਇਆ ਜਾਂਦੇ ਜਾਂਦੇ ਹੋ ਮਾਣੇ ਪੈਣਾ ਉਹ ਤਾਂ ਮਾਣੇ ਪ੍ਰਭ ਬੜਾ ਹੀ ਮੁਸ਼ਕਲ ਜਿਹਾ ਆਸਣਾ ਰਸਤਾ ਆ ਸਫ਼ਰ ਮਜ਼ੇ ਨਾਲ ਵੀ ਹੋਈ ਰਹਿ ਕਿ ਥੋੜ੍ਹਾ ਜਿਹਾ ਰਸਤਾ ਮੁਸ਼ਕਲ ਆਉਣਾ ਫਿਰ ਥੋੜ੍ਹਾ ਐਡਵੈਂਚਰ ਬਣੀ ਜਾਣਾ ਆ ਲੇਕਿਨ ਇਹ ਕਿ ਮੁਸ਼ਕਲ ਤੋਂ ਬਾਅਦ ਜਿਹੜੀ ਆਸਾਨੀ ਆ ਯਾਨੀ ਮੁਸ਼ਕਲ ਸਫ਼ਰ ਤੋਂ ਬਾਅਦ ਜਿਹੜਾ ਵਿਊ ਆ ਇੱਕ ਗੱਲ ਮੈਂ ਐਡ ਜੀ ਜੀ ਲੇਕਿਨ ਦੋਈ ਲਾ ਮੋਟਰਸਾਈਕਲ ਚਲਾਉਂਦੇ ਤੱਕੋ ਲਾ ਬਲੈਕ ਹੀ ਕੋਈ ਚੜਾ ਜਾਏ ਨਾ ਖਟਾ ਟਾਈਮ ਬੜਾ ਮੈਂ ਤਾਂ ਇਹ ਪਿੱਛਾ ਮੁੜੀ ਤਾਂ ਤਕਣਾ ਰਹਿਣਾ ਕਿ ਮੈਂ ਇਹਨਾਂ ਹਜੇ ਕੋਈ ਟੇਈ ਪੈਂਦਾ ਆਲਾ ਮਾਰੇ ਜੋ ਵੀ ਨਾ ਰਹਿਣ ਲੇਕਿਨ ਉਹ ਲੋਕ ਇਤਨਾ ਟਫ ਰਸਤਾ ਆ ਵੈਸੇ ਥੋੜ੍ਹੀ ਹੋਣੀ ਲੇਕਿਨ ਦੂਏ ਜ਼ਿਲ੍ਹਾ ਤੱਕ ਚਲੋ ਜਿਹੜਾ ਪਿਛਲਾ ਹੋਣਾ ਨਾ ਉਸ ਕੀ ਜ਼ਿਆਦਾ ਕਿਉਂਕਿ ਉਹ ਅਗਲੇ ਕੀ ਜਾਣਾ ਤੱਕਣਾ ਜ਼ਿਲ੍ਹਾ ਤਾਂ ਮੁਰੁੱਖ ਘਬਰਾਟ ਪੈਣਾ ਆ ਲੇਕਿਨ ਮਾਸ਼ਾਅੱਲਾ ਵਿਊ ਬੜਾ ਖੂਬਸੂਰਤ ਆ ਜੀ ਇਹ ਕਿ ਚੰਦ ਅਧਿਕਾਰੀਆਂ ਨੇ ਇਤਨਾ ਬੜਾ ਇੱਕ ਗੁੰਜਾਨ ਬਾਤ ਨਹੀਂ ਲੱਗਾ ਆਸਤਾ ਆਸਤਾ ਆਬਾਦੀ ਹੋ ਰਹੀ ਹੈ ਕੰਸਟਰਕਸ਼ਨ ਕੰਮ ਜਾਰੀ ਹੈ ਬਿਲਕੁਲ ਇਹ ਪਾਰਲੀ ਸਾਈਡ ਤੱਕ ਦੇ ਜਾਈਏ ਨਾ ਜਿਹਾ ਨਾ ਸਗੇ ਸੇ ਨਕਿਆਸ ਬਾਰਡਰ ਏਰੀਆ ਪਾਰਲੀ ਸਾਈਡ ਪਹਾੜੀਆਂ ਉਸ ਤਰ੍ਹਾਂ ਬਿਲਕੁਲ ਉਹ ਚੀੜਾ ਲੱਗ ਰਿਹਾ ਕਿ ਉਹ ਚੀੜਾ ਆਲਮੋਸਟ ਆ ਸੀ ਲੱਗਾ ਉਹ ਗਿਰਨਾ ਸਾਰੀਆਂ ਸਰੀ ਗਈਆਂ ਇਹ ਸਭ ਤੋਂ ਜਿੰਨਾ ਸਾਈ ਪੈੜੀਆਂ ਦੇ ਜਿਹੜੇ ਅੱਗੇ ਨਾਲੇ ਹੁਣ ਬੂਟੇ ਛੋਟੇ ਜਿਹੇ ਏਰੀਏ ਜੀ ਕਮਣ ਜਿਸ ਤਰ੍ਹਾਂ ਪਹਿਲੇ ਇਸ ਏਰੀਆ 'ਚ ਨਾ ਸਾਨੂੰ ਬਿਲਕੁਲ ਸੰਗੀ ਇੱਕ ਸਰਦੀ ਜੀ ਮਹਿਸੂਸ ਹੋਣੀ ਹੋਣੀ ਸੀ ਹੁਣ ਇਹਨਾਂ ਏਰੀਆ 'ਚ ਉਹ ਸਿਸਟਮ ਰਿਹਾ ਹੀ ਕੋਈ ਨਹੀਂ ਹੈ ਇੱਥੇ ਵੀ ਹੁਣ ਇਹ ਕਿ ਮੌਸਮ ਦਰਮਿਆਨਾ ਜਾਈ ਆ ਸਾਰਾ ਮੌਸਮ ਜਿਹੜੀ ਚੇਂਜਿੰਗ ਆਉਣੀ ਦਰਖਤਾਂ ਨੂੰ ਵੀ ਜ਼ਿਆਦਾ ਲੱਗਦਾ ਹੋਣੇ ਦਰਖਤਾਂ ਨਾਲ ਕਟਾਓ ਹੋ ਜਾਏ ਤਾਂ ਮੌਸਮ ਗਰਮ ਹੋ ਜਾਣਾ ਬਿਲਕੁਲ ਸੋ ਇਹ ਕਿ ਇਹ ਵਿਊ ਇੰਜੋਏ ਕਰਨੇ ਆ ਤਾਂ ਹੁਣ ਇਹ ਕਿ ਕਰੀਬ ਹੀ ਆ ਥੇ ਅਸਾਂ ਰਸਤਾ ਪੁੱਛਣੇ ਪੁੱਛਣੇ ਅੱਗੇ ਆਇਆ ਸਾਨੂੰ ਆਪਣਾ ਜਿਹੜਾ ਸਫ਼ਰ ਹੈ ਉਸ ਕੀ ਜਾਰੀ ਅਲਹਮਦੁਲਿਲਾ ਬੜੇ ਮਜ਼ੇ ਨਾਲ ਸਫ਼ਰ ਹੋਈ ਰਿਹਾ ਕਾਫੀ ਐਡਵੈਂਚਰ ਹੋਈ ਰਿਹਾ ਸ਼ੋਲ ਮੇਲਾ ਹੋਈ ਰਿਹਾ ਹੰਸੀ ਮਜ਼ਾਕ ਹੋਈ ਰਹੀ ਤਾਂ ਹੁਣ ਅਸਾਂ ਐਸੇ ਪੁਆਇੰਟ ਉੱਪਰ ਪਹੁੰਚੀ ਆਏ ਹਾਂ ਜਿੱਥੋਂ ਅਸਾਂ ਕਿਰਨਾ ਜਾਂ ਕਿਹੜੀ ਸਾਈਡ ਉੱਪਰ ਛੀਣੀ ਵਾਲੀ ਸਾਈਡ ਉੱਪਰ ਠੀਕ ਹੈ ਇੱਥੇ ਮੇਨ ਇਸਦੀ ਲੋਕੇਸ਼ਨ ਅਸਾਂ ਆ ਕੇ ਤੁਸੀਂ ਭੈਣ ਭਰਾ ਕੀ ਦੱਸੀ ਹੋਣਾ ਕਿ ਕੋਈ ਇਤਫਾਕ ਹੋਈ ਸਾਨੂੰ ਕਿਸੇ ਨਾਸ਼ਨੇ ਜਾਣੇ ਨੂੰ ਇੱਥੇ ਇਸੋ ਦਾ ਦੋ ਰੋਡਾਂ ਜਾਣੀਆਂ ਨੇ ਗੱਲ ਆ ਉੱਥੋਂ ਨਿਕਲੇ ਹਾਂ ਫਿਰ ਮੁੜੀ ਤਾਂ ਅੱਗੇ ਆਏ ਹਾਂ ਤਾਂ ਇਹ ਇੱਕ ਨਿਸ਼ਾਨੀ ਹੈ ਦਰਬਾਰ ਹੈ ਉੱਪਰ ਇਸ ਦਰਬਾਰ ਨਾਲੋਂ ਇਹ ਸੋਲਿੰਗ ਵਾਲੀ ਇੱਕ ਰੋਡ ਕਿਰਨੀ ਹੈ ਜਿਹੜੀ ਸਿੱਧੀ ਜਾਈ ਤਾਂ ਛੀਣੀ ਲੱਗਣੀ ਇਹ ਜਿਹੜੀ ਅੱਗੇ ਜਾਣੀ ਹੈ ਕਿੱਥੇ ਲੱਗਣੀ ਇਹ ਕਿਹਾ ਪਤਾ ਨਹੀਂ ਪਾਪੇ ਇਹ ਨਹੀਂ ਪੁੱਛਿਆ ਕੁਸਾ ਕੋਲ ਕਿ ਇਹ ਪੁੱਛਣਾ ਚਾਹੀਦਾ ਸਾ ਚਲੋ ਨੈਕਸਟ ਪੁੱਛੀ ਇਹ ਵੀ ਜ਼ਰੂਰੀ ਹੈ ਕਿ ਇਹ ਸਦਾ ਰਹੇ ਸੀ ਸੋਲਿੰਗ ਹੀ ਅਸ਼ਾ ਵਕਤ ਵੀ ਸੁਣਾਇਆ ਨਿਸ਼ਾਨੀ ਦਰਬਾਰ ਨਿਸ਼ਾਨੀ ਰੱਖਿਆ ਜੀ ਦਰਬਾਰ ਹੈ ਜਿਹੜੀ ਚਾਰ ਦੀਵਾਰੀ ਫਰੀ ਜਿਹੜੇ ਵਸਾਇਲ ਹੈ ਸਾਨੂੰ ਉਸਨੇ ਮੁਤਾਬਕ ਸਾਡੀ ਸਾਈਡ ਨਾ ਪੈਦ ਹੋਈ ਹੈ ਸਾਡੀ ਸਾਈਡ ਚਲੋ ਹੈ ਨਹੀਂ ਹੈ ਨਾ ਲੇਕਿਨ ਹੈ ਕਿ ਦਰਬਾਰ ਨੇ ਆਤੇ ਕਿ ਉਹਨਾਂ ਜਿਹੜਾ ਕਵਰ ਕੀਤਾ ਵਾ ਚਾਰ ਦੀਵਾਰੀ ਨੂੰ ਸੱਥੇ ਵੀ ਫੇਰੇ ਬੜੀ ਸੰ ਡੇਢੀ ਆਹੀ ਸਕਦਾ ਜਿਸ ਤਰ੍ਹਾਂ ਸਾਨੂੰ ਬਲਾਕਾਂ ਨਹੀਂ ਆਈਟਾਂ ਨਹੀਂ ਹੋਣੀ ਬਿਲਕੁਲ ਸੋਹਣਾ ਹੈ ਕਿ ਬਿਸਮਿਲਲਾ ਪੜੀ ਤਾਂ ਥੋੜ੍ਹਾ ਮੁਸ਼ਕਲ ਜਿਹਾ ਰਸਤਾ ਹੈ ਇਸਕੀ ਸ਼ੁਰੂ ਕਰਨੇ ਫਿਰੇ ਅਜਨਬੀ ਮੇਰੇ ਖੂਬ ਕੋ ਨਹੀਂ ਠੀਕ ਆ ਤੇਰਾ ਪੂਰਾ ਜਿਸਮਾਨੀ ਵਰਜਿਸ਼ ਹੋਈ ਜਾਣੀ ਮਸਾਜ ਹੋਈ ਜਾਣਾ ਆ
11 ਅਬੇ ਹਾਂ ਜੀ ਅੱਲਾ ਚੰਗਾ ਆ ਕਪੂਰ ਦਾ ਬਾਹਰ ਜੀ ਪਿੱਛਾ ਕਰ ਦੇਣਾ ਜਲੋ ਜਲੋ ਇਹ ਹੈ ਕਿ ਤੁਸਾਂ ਮਸ਼ਹੂਰ ਸਾਰੇ ਇਲਾਕੇ 'ਚ ਹੀ ਹੋ, ਜਿੱਥੋਂ ਵੀ ਪੁੱਛਿਆ ਉਹਨਾਂ ਪਤਾ ਸਾ ਕਿ ਸੁਦਾਗਰ ਸਾਹਿਬ ਹੈ ਕੋਈ ਜੀ ਉਹ ਡਰਾਈਵਰਾ ਜਾਣਦੇ ਜਾਣਦੇ ਹੋ ਇਧਰੋਂ ਇਧਰੋਂ ਵੱਡੇ ਬਰੂ ਇਹ ਤਾਂ ਵੀ ਕਿਹਾ ਸਨ ਇਹ ਵੀ ਉਧਰੋਂ ਇਹ ਦੋ ਸਭ ਬਾਬਾ ਅੰਦਰ ਬੈਠੇ ਹੋਏ ਹਨ ਤਾਂ ਮੈਂ ਜ਼ਰਾ ਬਾਹਰ ਨਿਕਲਿਆ ਮੈਂ ਸੋਚੀ ਜ਼ਰਾ ਵਿਊ ਚੈੱਕ ਕਰਵਾਉਂ। ਬੜਾ ਹੀ ਖੂਬਸੂਰਤ ਜਿਹਾ ਇਲਾਕਾ ਆ, ਥੋੜ੍ਹਾ ਜਿਹਾ ਪਹਾੜੀ, ਕਿਉਂਕਿ ਸਾਈਡ ਸਾਈਡ ਮੋਮਾ ਨੇ ਹੋਣਾ ਕਿ ਮੈਦਾਨੀ ਇਲਾਕਾ ਹੋਣਾ, ਸਬਜ਼ਾ ਸੁੰਗੀ ਕੱਢ ਨਜ਼ਰ ਅਚਨਾ ਹੈ, ਇੱਕਾ ਦੁੱਕਾ ਜਿਹੜੀਆਂ ਗ੍ਰਾਂ 'ਚ ਕੁਬਾੜੀਆਂ ਹੋਣੀਆਂ, ਲੇਕਿਨ ਇੱਥੇ ਆ ਕਿ ਮਾਸ਼ਾਅੱਲਾ ਗ੍ਰੀਨਰੀ ਗ੍ਰੀਨਰੀ ਹੈ। ਔਰ ਇਹ ਜਿਸ ਘਰ 'ਚ ਮੌਜੂਦ ਹੈ ਇਹ ਜਿਹਨਾਂ ਭਾਈ ਹੋਰਾਂ ਨੇ ਸਾਂ ਆ, ਉਹਨਾਂ ਨੇ ਭਾਈ ਹੋਰਾਂ ਨਾਲ ਘਰ ਆ, ਪੁਰਾਣਾ ਨਿਜ਼ਾਮ ਤਲ ਦੇਣੇ ਵਾਲਾ ਔਰ ਫੁੱਲਾਂ ਪਰ ਤਲ, ਇੱਕ ਪੁਰਾਣਾ ਸਾਨੂੰ ਇੱਕ ਕਲਚਰ ਆ ਸਾਨੂੰ ਸਾਈਡ ਮੈਂ ਯਾਦ ਹੈ, ਨਿੱਕੇ ਨਿੱਕੇ ਸੋਹਣੇ ਸਿਆਂ ਦਾ ਤਲ ਦੇਣੇ ਹੋਣੇ ਸਨ ਔਰ ਬਿਲਖਸੂਸ ਜਿਹੜੇ ਫੁੱਲਾਂ ਲਈ ਹੋਣੀ ਸੀ ਨਾ, ਉਸ ਨਾਲ ਬੜਾ ਹੀ ਕੋਣਾ ਸਕਿਆ ਕੁਸੇ ਕੁਸੇ ਬੰਦੇ ਕੀ ਛੱਤੀਆਂ ਨਾਲ ਇੱਕ ਪੁਰਾਣਾ ਸੈਟਅਪ ਜਿਹਨਾਂ ਭਾਈ ਹੋਰਾਂ ਨੇ ਸਰਕਾਰ ਆਏ ਆ ਉਹਨਾਂ ਨੇ, ਇਸ ਨੇ ਥੋੜ੍ਹਾ ਸਾਈਡ ਪਰ ਕਾਰਨ ਉਹ ਪਾਰ ਕੱਚੇ ਮਕਾਨ ਔਰ ਉਹ ਲਿਮੜੇ ਵਾਲਾ ਸਿਸਟਮ ਗਾਰੇ ਵਾਲਾ ਬੱਟੀਆਂ ਨੇ ਬਣਤੇ ਵੀ ਉਹਨਾਂ ਉੱਪਰ ਗਾਰਾ ਸ਼ਾਰਾ ਲਗਾ ਹੋਇਆ। ਸੋ ਬੜੇ ਇੱਕ ਆਹੋ ਕਿ ਹਾਲਾਤ ਇੱਥੇ ਰਿਹਾਇਸ਼ ਨੇ ਬੜੇ ਮੁਸ਼ਕਿਲ ਜਾਣ, ਇਹਨਾਂ ਭਾਈ ਹੋਰਾਂ ਨਾਲ ਮਾੜਾ ਰਾਬਤਾ ਜਿਹੜਾ ਨਹੀਂ ਉਹ ਵਟਸਐਪ ਨੇ ਥਰੂ ਹੋਇਆ ਸਾ, ਉਹ ਲੈ ਹੋਸਪਿਟਲ ਹੀ ਸਨ ਇਹਨਾਂ ਕੀ ਕੋਈ ਪ੍ਰੋਬਲਮ ਸੀ ਅਤੇ ਉਹਨਾਂ ਫਿਰ ਮਾੜਾ ਰਾਬਤਾ ਕੀਤਾ ਸਾ, ਤਾਂ ਫਿਰ ਇਹਨਾਂ ਕੀ ਕੋਈ ਅਸਾਂ ਹੈਲਪ ਵਗੈਰਾ ਕੀਤੀ ਸੀ ਜਿਹੜੇ ਦੋਸਤ ਆ ਬਾਪਸ ਆ ਉਹਨਾਂ ਨੇ ਥਰੂ, ਅਸਾਂ ਨੇ ਇੱਕ ਭਾਈ ਹੋਰ ਇੰਗਲੈਂਡ ਹੋਣੇ ਉਹਨਾਂ ਨੂੰ ਕੋਈ ਇਹਨਾਂ ਨੇ ਹੈਲਪ ਕੀਤੀ ਸੀ, ਤਾਂ ਉਸ ਵੇਲੇ ਇਹਨੇ ਹੋਸਪਿਟਲ 'ਚ ਅਰਜੈਂਟ ਕੁਝ ਪੈਸੇ ਚਾਹੀਦੇ ਸਨ। ਸੋ ਉਸ ਵੇਲੇ ਤੋਂ ਇਹਨਾਂ ਨਾਲ ਇੱਕ ਅਸਾਂ ਲਿੰਕ ਆਇਆ ਰਾਬਤਾ ਆਇਆ, ਇਹਨਾਂ ਨੇ ਬੜੀ ਪੁਰਜ਼ੋਰ ਫਰਮਾਇਸ਼ ਸੀ ਕਿ ਸੋ ਮਾੜੇ ਕਾਰ ਅੱਛੋ ਹੈ। ਸੋ ਅਸਾਂ ਇੱਥੇ ਆਏ ਹਾਂ ਔਰ ਹਾਲਾਤ ਤੱਕ ਹੀ ਤਾਂ ਹੁਣ ਵੀ ਲਗਾਇਆ ਕਿ ਜਿਤਨੇ ਵੀ ਪੈਣਾ ਪਰਾਇਆ ਉਸ ਨੇ ਕੋਈ ਮਦਦ ਦੀ ਜ਼ਰੂਰਤ ਹੋ ਸੀ ਹੈ, ਕਿਉਂਕਿ ਇਹਨਾਂ ਨੇ ਘਰਾਂ ਨੇ ਹਾਲਾਤ ਮੈਂ ਸੋ ਕੀ ਦੱਸਣਾ ਆਇਆ ਸਾਹਮਣੇ ਆਏ। ਆਈ ਥਿੰਕ ਕੋਈ ਇੱਕਾ ਹੀ ਕਮਰਾ ਆ ਔਰ ਇੱਕ ਦਲੀਜ ਟਾਈਪ ਇੱਕ ਚੀਜ਼ ਹੈ ਔਰ ਮਾਲ ਡੰਗਰ ਬਣੇ ਤਾਂ ਛੋਟਾ ਜਿਹਾ ਇੱਕ ਸਿਸਟਮ ਹੈ। ਸੋ ਇਹ ਸੈਟਅਪ ਆ, ਇਹ ਜਿਹੜਾ ਮਕਾਨ ਹੈ ਮੈਂ ਇਹਨਾਂ ਕੋਲ ਪੁੱਛੀ ਵੀ ਰਿਹਾ, ਇਹਨਾਂ ਨੇ ਭਾਈ ਹੋ ਰਹੇ ਨੇ ਉਹਨਾਂ ਨੇ ਕਾਰ ਉਪਾਰ। ਸੋ ਇੱਥੋਂ ਕੋਲ ਹੋਈ ਸਕਿਆ ਕੋਂਟੈਕਟ ਕਰੀ ਕਿ ਨੇ, ਬਾਕੀ ਆ ਕੇ ਹੁਣ ਜੁਲੇ ਹਾਂ ਅੰਦਰ ਔਰ ਮਜ਼ੀਦ ਜੁਲੀ ਤਾਂ ਔਰ ਬਾਕੀ ਇਸ ਕਰਾਣੇ ਵਾਲਾ ਜਿਹੜੀ ਡਿਟੇਲ ਸਹੀ ਚੇਂਜ ਨਹੀਂ ਹੋਈ ਹੈ ਮੈਂ ਵਟਸਐਪ ਕਰੀ ਕਿ ਨੇ ਮੈਸੇਜ, ਇਨਸ਼ਾਅੱਲਾ ਤੁਸੀਂ ਮਜ਼ੀਦ ਦੇ ਸਕਾਂ ਜੀ। ਖਾਣਾ ਆ ਗਿਆ ਆ ਔਰ ਦੇਸੀ ਦੇਸੀ ਇਸ ਏਰੀਏ ਦੇਸੀ ਔਰ ਨਾਲ ਹੈ ਚਾਵਲ ਮਾਸ਼ਾਅੱਲਾ। ਸੋ ਦੱਸ ਰਹਾ ਹਾਂ ਅਸੀਂ ਵੀ ਹੋਰ ਐਟਮ ਚਲੋ ਬਿਲਕੁਲ। ਸੋ ਇਹ ਹੈ ਕਿ ਬੜਾ ਇਹਨਾਂ ਇਹਤਮਾਮ ਕਰੀ ਉੜਿਆ ਆ, ਹੁਣ ਇਹ ਕਿ ਸਰਾਰ ਸਾਹਿਬ ਬਣੇ ਬਿਸਮਿਲਲਾ ਕਰਨੇ ਆ। ਅਲਹਮਦੁਲਿਲਾ ਸਾਰੇ ਮਾਮਲਾਤ ਹੈ, ਕਰੀ ਭਾਈ ਨਾਲ ਵਿਦਾਈ ਮੁਲਾਕਾਤ ਕਰੀ ਤਾਂ ਆ ਹੀ ਗਏ ਮਾਸ਼ਾਅੱਲਾ ਜੀ। ਮੇਰਾ ਤੇ ਪ੍ਰੋ ਖਾਣੇ ਦਾ ਬਹੁਤ ਅੱਛਾ ਇੰਤਜ਼ਾਮ ਸਾ, ਬਿਲਕੁਲ ਬਣੇ ਹੋਣੇ ਸਾਈਡ ਏਰੀਆ ਵੀ ਜਾਣੇ ਹੋ ਲੋਕ
ਕਿਤਨੇ ਹੀ ਪੁਰਤ ਕੱਲਾ ਹਸਾਣੀ ਦਾਵਤਾਂ ਆਉਣੀਆਂ ਹੀ ਆ ਮਹਿਮਾਨ ਨਵਾਜ਼ ਹੋਣੇ ਲੋਕ ਮਾਸ਼ਾਅੱਲਾ ਜਿੰਨੇ ਵੀ ਅੱਗੇ ਪਿੱਛੇ ਨੇ ਦੂਰ ਦਰਾਜ ਦੇ ਇਲਾਕੇ ਸਾਡੇ ਏਰੀਆ ਨੇ ਸਹੀ ਲੇਕਿਨ ਇੱਥੇ ਨੇੜਾ ਨਹੀਂ ਹੋਇਆ ਕਿ ਜ਼ਿਆਦਾ ਮਹਿਮਾਨ ਨਵਾਜ਼ ਹੈ ਮਤਲਬ ਦਿਸ਼ਾਂ ਨੇ ਲਿਹਾਜ਼ ਨਾਲ ਜਾਂ ਇਸ ਤਰ੍ਹਾਂ ਦਾ ਕਿਹਾ ਜਾਂਦਾ ਹੋ ਸਕਣਾ ਮੈਂ ਵੀ ਅਸਾਂ ਜ਼ਿਆਦਾ ਬੰਦੋਬਸਤ ਕਰੀ ਉਡਾਉਣ ਲੇਕਿਨ ਜਿਹੜਾ ਇਹ ਖਲੂਸ ਹੋਣਾ ਪਿਆਰ ਮੁਹੱਬਤ ਜਿਹੜਾ ਬੰਦੇ ਨਾਲ ਵਰਤੋਂ ਕਰਨੇ ਨੂੰ ਅੱਛੀ ਬੰਦੇ ਕੀ ਬਾਲਣੇ ਵਾਸਤੇ ਕਾਫੀ ਜ਼ਿਆਦਾ ਉਹ ਜਿਹੜਾ ਨਾ ਇਸ ਤਰ੍ਹਾਂ ਕਰਨੇ ਨਾ ਖਲੂਸ ਦੱਸਣੇ ਇਖਲਾਕ ਇਹਦੇ ਬਹੁਤ ਜ਼ਿਆਦਾ ਹੈ ਮਾਸ਼ਾਅੱਲਾ ਤਾਂ ਹੁਣ ਆ ਕੇ ਸਫ਼ਰ ਹੋ ਗਿਆ ਵਾਪਸੀ ਨਾਲ ਸ਼ੁਰੂ ਤਾਂ ਅਲਹਮਦੁਲਿਲਾ ਜਿਹੜੀ ਕੱਚੀ ਰੋਡ ਜਾਣਿਆ ਸੀ ਦੱਸੀ ਸੀ ਉੱਥੇ ਸਾਫ਼ ਕਰੀ ਮੁੜੀ ਉੱਪਰ ਆਈ ਗਏ ਤਾਂ ਹੁਣ ਆ ਗਿਆ ਅਲਹਮਦੁਲਿਲਾ ਚੜ੍ਹਾਈ ਰਹਿਣੀ ਆ ਉਸ ਤੋਂ ਅੱਗੇ ਜ਼ਿਆਦਾ ਲਾਈ ਹੈ ਬਿਲਕੁਲ ਫਿਰ ਰਾਮ ਸਕੂਲ ਆ ਇਨਸ਼ਾਅੱਲਾ ਹੁਣ ਇਹ ਆ ਕੇ ਬਖਰੀਅਤ ਘਰ ਪਹੁੰਚੀ ਜਾਓ ਅੱਗੇ ਜੁਲੇ ਹਾਂ ਹੁਣ ਜੁਲੇ ਜਿਹੜੇ ਜਿਹੜੇ ਕੋਈ ਨਜ਼ਾਰੇ ਅਸਾਂ ਕੋਈ ਹੋਰ ਕੋਈ ਪਸੰਦ ਆਏ ਤੁਸੀਂ ਪੈਣਾ ਭਰਾ ਇਹ ਤਾਂ ਮੈਂ ਆਹੀ ਨਾ ਸਕਣਾ ਜੇ ਚਾਹ ਕੁਦਰਾ ਚਾਹ ਪੀਤੀ ਹੈ ਤਾਂ ਮੈਂ ਤਾਂ ਹੋਟਲ ਤੋਂ ਕਿਹਾ ਕੋਈ ਰਾਜ ਕੁਤੇ ਇਹ ਵੀ ਆਹੀ ਸਕਣਾ ਕਿ ਸਟੇ ਕੁਦਰਾ ਕੀਤਾ ਚਲੋ ਚਾਹ ਛਾ ਪੀਸਾਂ ਲੇਕਿਨ ਇਹ ਕਿ ਇੱਥੋਂ ਚਾਹ ਪੀ ਤਾਂ ਆਏ ਹਾਂ ਤੱਕਣੇ ਹੁਣ ਅੱਗੇ ਜੁਲੀ ਤਾਂ ਆਪਣੇ ਏਰੀਏ 'ਚ ਹੁਣ ਆਲਮੋਸਟ ਅਸਾਂ ਆਪਣੀਆਂ ਦੂਧ ਹੀ ਦਾਖਲ ਹੋਣੇ ਪਏ ਹਾਂ ਅਲਹਮਦੁਲਿਲਾ ਬਸ ਬਿਲਕੁਲ ਨੇੜਾ ਹੀ ਪਹੁੰਚੀ ਆਇਆ ਜਾਣਿਆ ਵਾ ਜਿੰਨਾ ਟਾਈਮ ਲਗਾ ਆਸ਼ਨੇ ਵਾ ਉਸਨੂੰ ਅੱਧਾ ਵੀ ਨਹੀਂ ਲਗਾ ਕਿਉਂਕਿ ਇੱਕ ਤਾਂ ਰਸਤੇ ਦਾ ਇਲਮ ਹੋ ਗਿਆ ਸੀ ਸਾਰਾ ਦੂਸਰਾ ਨੰਬਰ ਜ਼ਿਆਦਾ ਆਸ਼ਨੇ ਵਾ ਲਈਆਂ ਹੀ ਆ ਤਾਂ ਇਸ ਵਜ੍ਹਾ ਤੋਂ ਹੋਇਆ ਕਿ ਜਲਦੀ ਜਲਦੀ ਪਹੁੰਚੀ ਬਿਲਕੁਲ ਸੋ ਅੱਜ ਦਾ ਸਫ਼ਰ ਮਾਸ਼ਾਅੱਲਾ ਠੀਕ ਰਿਹਾ ਮੌਸਮ ਵੀ ਜ਼ਬਰਦਸਤ ਆ ਔਰ ਜਾਣਿਆ ਵੀ ਮਹਿਸੂਸ ਕਾਫੀ ਗੱਪ ਸ਼ੱਪ ਸ਼ੁਗਰ ਮੇਰਾ ਲਗਾ ਰਿਹਾ ਤਾਂ ਬਾਕੀ ਆ ਕਿ ਅੱਗੇ ਜਿਹੜੀ ਇਹਤਮਾਮ ਸਾ ਉਹ ਵੀ ਬੜਾ ਬਿਹਤਰੀਨ ਸਾ ਤਾਂ ਇੱਕ ਵੀਡੀਓ ਨੇ ਕਰਨੇ ਆ ਹੁਣ ਐਂਡਿੰਗ ਤਾਂ ਬਾਕੀ ਹੁਣ ਆਪਣੇ ਆਪਣੇ ਘਰਾਂ ਵਾਲੀ ਸਾਈਡ ਜਾ ਸਾਂ ਤਾਂ ਅੱਗੇ ਮੈਂ ਸੋਕੀ ਦੱਸਿਆ ਵੀ ਆ ਬਾਕੀ ਵੀ ਜਿਸ ਬੰਦੇ ਕਿ ਅੱਲਾਹ ਤਾਲਾ ਤੋਫੀਕ ਦਿੱਤੀ ਵੀ ਹੈ ਕੁਝ ਚੀਜ਼ਾਂ ਸਭ ਤੋਂ ਦੱਸੀਆਂ ਆ ਬਾਕੀ ਡਿਟੇਲ ਹੀ ਨਹੀਂ ਦੱਸੀਆਂ ਆ ਲੇਕਿਨ ਜਿਸ ਬੰਦੇ ਕੀ ਜ਼ਿਆਦਾ ਡਿਟੇਲ ਚਾਹੀਦੀ ਮੈਂ ਪਰਸਨਲੀ ਚਲੋ ਰਾਬਤਾ ਕਰੀ ਗਏ ਨੇ ਅੱਲਾਹ ਤਾਲਾ ਅਗਰ ਸੋਈ ਤੋਫੀਕ ਦਿੱਤੀ ਵੀ ਹੈ ਤਾਂ ਚਲੋ ਇਹ ਕਿ ਕਿਸੇ ਮੁਸਲਮਾਨ ਭਰਾਓ ਨਹੀਂ ਮਦਦ ਹੋਈ ਜਾਏ ਆ ਇਸ ਤੋਂ ਬਿਹਤਰੀਨ ਕੁਝ ਵੀ ਨਹੀਂ ਹੈ ਇਸਨੇ ਕੋਈ ਸ਼ੱਕ ਨਹੀਂ ਹੈ ਜ਼ਾਹਿਰੀ ਗੱਲ ਦੁਨੀਆ ਪਰ ਇਨਸਾਨ ਕੀ ਨਹੀਂ ਤਾਂ ਕੁਝ ਵੀ ਨਹੀਂ ਜਨਾ ਸਵਾਏ ਅੱਛੇ ਅਮਾਲ ਤੋਂ ਬਿਲਕੁਲ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਅਗਰ ਤੁਸੀਂ ਕਿ ਅੱਲਾਹ ਤਾਲਾ ਇਸ ਕਾਬਲ ਬਣਾਇਆ ਆ ਕਿ ਤੁਸੀਂ ਕਿਸੇ ਨੂੰ ਹੈਲਪ ਕਰੋ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਹੁਣ ਵੀਡੀਓ ਨਹੀਂ ਕਰਨੀ ਐਂਡਿੰਗ ਬਿਲਕੁਲ ਖੂਬਸੂਰਤ ਜਿਹੇ ਪੈਗਾਮ ਨਾਲ ਕਰਨੀ ਆ ਵੀਡੀਓ ਨਹੀਂ ਐਂਡਿੰਗ ਇਨਸ਼ਾਅੱਲਾ ਨੈਕਸਟ ਵੀਡੀਓ ਮਿਲ ਜਾਓ ਤਾਂ ਆਪਣੇ ਤਾਂ ਆਪਣੇ ਪਿਆਰਿਆਂ ਨਾਲ ਬਹੁਤ ਸਾਰਾ ਖਿਆਲ ਰੱਖਿਆ ਦੁਆ ਜੈਸਾ ਕਿ ਯਾਦ ਰੱਖਿਆ ਆਪਣੀ